ਹਾਂਜੀ ਦੋਸਤੋ, ਬਾਬਾ ਪ੍ਰੋਪਰਟੀ ਚੈਨਲ 'ਤੇ ਤੁਹਾਡਾ ਸਵਾਗਤ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ। ਸੋ ਅੱਜ ਦੀ ਕੋਠੀ ਦਿਖਾਵਾਂਗੇ ਤੁਹਾਨੂੰ ਪਿੰਡ ਤਰਖਾਣਵੱਦ, ਜ਼ਿਲ੍ਹਾ ਮੋਗਾ। ਸੋ ਬਹੁਤ ਹੀ ਵਧੀਆ ਜਿਹੜੀ ਆ ਸ਼ਾਨਦਾਰ ਕੋਠੀ ਬਣੀ ਹੋਈ ਆ। ਕੋਠੀ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਬਣੀ ਨੂੰ, 2019 ਦੇ ਵਿੱਚ ਕੋਠੀ ਬਣੀ ਆ। ਸਭ ਤੋਂ ਪਹਿਲਾਂ ਗਲੀਆਂ ਦੇਖੋ। ਸੋ ਗਲੀ ਦੀ ਗੱਲ ਕਰੀਏ ਤਾਂ 20 ਫੁੱਟ ਗਲੀ ਜਿਹੜੀ ਆ ਚੌੜੀ ਆ। ਐਂਟਰੀ ਗੇਟ ਜਿਹੜਾ ਮੇਨ ਗੇਟ ਆ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ, ਬਹੁਤ ਹੀ ਸੋਹਣਾ ਬਣਿਆ ਹੋਇਆ, ਅਤੇ ਕੋਠੀ ਵੀ ਸਾਰੀ ਬਹੁਤ ਵਧੀਆ ਬਣੀ ਹੋਈ ਆ। ਉਸ ਤੋਂ ਪਹਿਲਾਂ ਕੋਠੀ ਨੂੰ ਦੇਖੀਏ, ਜਿੰਨਾ ਵੀਰ ਭਰਾਵਾਂ ਨੇ ਅੱਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਓ ਆਲ 'ਤੇ ਸੈਟਿੰਗ ਕਰਕੇ, ਅਤੇ ਆ ਜਾਓ ਫਿਰ ਦੇਖਦੇ ਹਾਂ। ਸੋ ਪਿੰਡ ਤਰਖਾਣਵੱਦ ਦੇ ਵਿੱਚ ਬਣੀ ਹੋਈ ਕੋਠੀ 2019 ਦੇ ਵਿੱਚ ਇਹ ਕੋਠੀ ਬਣੀ ਹੋਈ ਆ, ਅਤੇ ਇਕੱਲਾ ਕੰਮ ਆ ਜਿਹੜਾ ਮਾਲਕ ਨੇ ਬੜੀ ਰੀਝ ਦੇ ਨਾਲ ਕਰਵਾਇਆ ਹੋਇਆ। ਬਹੁਤ ਹੀ ਸ਼ਾਨਦਾਰ, ਬਹੁਤ ਹੀ ਸੋਹਣੀ ਜਿਹੜੀ ਇਹ ਕੋਠੀ ਬਣੀ ਹੋਈ ਆ, ਤੁਸੀਂ ਦੇਖ ਸਕਦੇ ਹੋ। ਸੋ ਇਸ ਵੇਲੇ ਆਪਾਂ ਹੈਗੇ ਹਾਂ ਇਸ ਕੋਠੀ ਦੀ ਜਿਹੜੀ ਆ ਲੋਬੀ ਦੇ ਵਿੱਚ, ਅਤੇ ਚੱਲਦੇ ਹਾਂ ਆਪਾਂ ਦੇਖਦੇ ਹਾਂ ਬੈੱਡਰੂਮ। ਸੋ ਬਹੁਤ ਹੀ ਵਧੀਆ ਡੋਰਸ ਜਿਹੜੇ ਆ ਲੱਗੇ ਹੋਏ ਆ, ਡਾਊਨ ਸੀਲਿੰਗ ਸਾਰੀ ਕੋਠੀ ਦੇ ਵਿੱਚ ਹੋਈ ਵੀ ਆ। ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ 2019 ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਆ। ਸੋ ਬਹੁਤ ਹੀ ਖੁੱਲ੍ਹੀ ਡੁੱਲੀ ਜਿਹੜੀ ਆ ਲੋਬੀ ਆ, ਅਤੇ ਦੂਸਰੇ ਬੈੱਡਰੂਮ 'ਚ ਚੱਲਦੇ ਹਾਂ ਆਪਾਂ ਦੇਖਦੇ ਹਾਂ। ਸੋ ਪਿੱਛੇ ਜੇ ਵੈਂਟੀਲੇਸ਼ਨ ਵਾਸਤੇ ਜਾਲ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਖੁੱਲ੍ਹਾ ਡੁੱਲਾ ਜਿਹੜਾ ਬਣਿਆ ਹੋਇਆ, ਕਾਫੀ ਸਪੇਸ ਜਿਹੜੀ ਆ ਦਿੱਤੀ ਹੋਈ ਆ। ਵਾਸ਼ਿੰਗ ਏਰੀਆ ਵੀ ਉੱਥੇ ਬਣਿਆ ਹੋਇਆ। ਸੋ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਸੋ ਇਹ ਕੋਠੀ ਜਿਹੜੀ ਆ ਲਾਲ ਖੀਰ ਦੇ ਅੰਦਰ ਆਉਂਦੀ ਆ। ਹਾਂਜੀ, ਇਹ ਕੋਠੀ ਲਾਲ ਖੀਰ ਦੇ ਅੰਦਰ ਆਉਂਦੀ ਆ, ਲੇਕਿਨ ਜੇਕਰ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ 23 ਲੱਖ ਰੁਪਇਆ ਮਾਲਕ ਨੇ ਡਿਮਾਂਡ ਰੱਖੀ ਆ। 9 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ। ਸੋ ਬਹੁਤ ਹੀ ਜਾਇਜ਼ ਰੇਟ ਦੇ ਉੱਤੇ ਇਹ ਕੋਠੀ ਵਿਕਾਊ ਆ ਪਿੰਡ ਤਰਖਾਣਵੱਦ। 20 ਫੁੱਟ ਗਲੀ ਚੌੜੀ ਆ। ਸੋ ਬਹੁਤ ਹੀ ਸੋਹਣੇ ਐਲੀਵੇਸ਼ਨ ਦੇ ਨਾਲ ਇਹ ਕੋਠੀ ਬਣੀ ਹੋਈ ਆ, ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਫਿਰ ਤੋਂ। ਜੇਕਰ ਫਰੰਟ ਦੀ ਗੱਲ ਕਰੀਏ ਤਾਂ ਫਰੰਟ ਐਲੀਵੇਸ਼ਨ ਵੀ ਬਹੁਤ ਵਧੀਆ, ਡੋਰ ਮੇਨ ਗੇਟ ਬਹੁਤ ਹੀ ਵਧੀਆ ਲੱਗੇ ਹੋਏ ਆ। ਸੋ ਗਲੀ ਵੀ ਕਾਫੀ ਖੁੱਲ੍ਹੀ ਡੁੱਲੀ ਆ। ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ, ਘਰ ਦੁਕਾਨ ਮਕਾਨ, ਤਾਂ ਬਾਬਾ ਪ੍ਰੋਪਰਟੀ ਚੈਨਲ 'ਤੇ ਕੰਟੈਕਟ ਕਰੋ ਜੀ। ਐਡ ਦਾ ਕੋਈ ਪੈਸਾ ਨਹੀਂ ਲੱਗਦਾ, ਐਡ ਜਿਹੜੀ ਫ੍ਰੀ ਆਫ ਕੋਸਟ ਆ, ਅਤੇ ਜੇਕਰ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਇਹ ਵੀ ਫ੍ਰੀ ਆਫ ਕੋਸਟ ਹੀ ਹੈ, ਕਿਸੇ ਵੀਰ ਭਰਾ ਦੀ ਮਦਦ ਹੋ ਜਾਂਦੀ ਹੈ। ਅਤੇ ਬਹੁਤ ਹੀ ਵਧੀਆ, ਬਹੁਤ ਹੀ ਸ਼ਾਨਦਾਰ ਕੋਠੀ ਆ ਪਿੰਡ ਤਰਖਾਣਵੱਦ, ਜ਼ਿਲ੍ਹਾ ਮੋਗਾ। ਕਾਫੀ ਖੁੱਲ੍ਹੀ ਡੁੱਲੀ ਜਿਹੜੀ ਆ ਕੋਠੀ ਬਣੀ ਹੋਈ ਆ। ਪੋਰਚ ਦੀ ਗੱਲ ਕਰੀਏ, ਲੋਬੀ ਦੀ ਗੱਲ ਕਰੀਏ, ਬੈੱਡਰੂਮ ਦੀ ਗੱਲ ਕਰੀਏ, ਤਾਂ ਬਹੁਤ ਹੀ ਵਧੀਆ ਜਿਹੜੀ ਆ ਕਿਚਨ ਵੀ ਬਣੀ ਹੋਈ ਆ, ਅਤੇ ਬਹੁਤ ਹੀ ਖੁੱਲ੍ਹੇ ਡੁੱਲੇ ਜਿਹੜੇ ਆ ਬੈੱਡਰੂਮ ਬਣੇ ਹੋਏ ਆ। ਜਾਲ ਵੀ ਕਾਫੀ ਖੁੱਲ੍ਹਾ ਡੁੱਲੇ ਜਗ੍ਹਾ ਜਿਹੜੀ ਆ ਛੱਡੀ ਹੋਈ ਆ, ਵਾਸ਼ਿੰਗ ਏਰੀਆ ਬਣਿਆ ਹੋਇਆ। ਸੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਪਿੰਡ ਤਰਖਾਣਵੱਦ ਦੇ ਵਿੱਚ ਇਹ ਕੋਠੀ। ਸੋ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ, ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਕ ਹੋਰ ਕੋਠੀ ਦੇ ਨਾਲ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ।